ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਚੰਪਈ ਸੋਰੇਨ ਉਹ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ। ਪਹਿਲਾਂ ਇਹ ਚਰਚਾਵਾਂ ਸੀ ਕਿ ਭਾਜਪਾ 'ਚ ਜਾ ਰਹੇ ਨੇ, ਫਿਰ ਕਹਿੰਦੇ ਮੈਂ ਕਿਤੇ ਨਹੀਂ ਜਾਣਾ, ਅਤੇ ਹੁਣ ਕਹਿੰਦੇ ਮੈਂ ਨਵਾਂ ਅਧਿਆਇ ਸ਼ੁਰੂ ਕਰੂੰਗਾ, ਤਾਂ ਜਲਦੀ ਉਹਦਾ ਐਲਾਨ ਵੀ ਹੋ ਸਕਦਾ ਹੈ। ਵੈਸੇ ਕੱਲ੍ਹ ਤਾਂ ਵੈਸੇ ਮਾੜਾ ਹੋਇਆ ਜੇ ਚੰਪਈ ਸੋਰੇਨ ਵਿੱਚ ਹੁੰਦੇ ਗੱਡੀ 'ਚ ਉਹ ਵੀ ਚਲਾਈ ਕਰ ਜਾਂਦੇ, ਉਹਨੂੰ ਛੱਡ ਕੇ ਵਾਪਸ ਆ ਰਹੀ ਸੀ ਫੋਰਸ, ਗੱਡੀ ਆ ਰਹੀ ਸੀ ਛੱਡ ਕੇ ਅਤੇ ਰਸਤੇ ਐਕਸੀਡੈਂਟ ਹੋ ਗਿਆ, ਦੋ ਸਿਪਾਹੀ ਮਾਰੇ ਗਏ ਵਿਚਾਰੇ ਉਹਦੇ। ਦੂਜੇ ਪਾਸੇ ਝਾਰਖੰਡ ਦੇ ਜਿਹੜੇ ਝਾਰਖੰਡ ਮੁਕਤੀ ਮੋਰਚਾ ਦੇ ਵਿੱਚ ਸੀਗੇ ਚੰਪਈ ਸੋਰੇਨ ਮੁੱਖ ਮੰਤਰੀ ਬਣ ਗਏ ਸੀਗੇ। ਮੁੱਖ ਮੰਤਰੀ ਦੀ ਇੱਕ ਇਹੋ ਜਿਹਾ ਕੁਰਸੀ ਚੇਅਰ ਜੀ ਜਿਹੜਾ ਕਿ ਹਰੇਕ ਬੰਦਾ ਚਾਹੁੰਦਾ ਕਿ ਮੁੱਖ ਮੰਤਰੀ ਬਣ ਕੇ ਬਸ, ਕਿਉਂਕਿ ਹਰੇਕ ਬੰਦਾ ਆਰਡਰ ਮੰਨਦਾ ਜੀ, ਉਹਦਾ ਪਾਵਰ ਹੁੰਦੀ ਆ, ਅਤੇ ਪਾਵਰ ਤੋਂ ਫਿਰ ਬੰਦਾ ਜਦੋਂ ਲੈਸ ਹੁੰਦਾ ਜੀ ਬੜਾ, ਉਹਨੂੰ ਦੁੱਖ ਬਹੁਤ ਹੁੰਦਾ। ਚੰਪਈ ਸੋਰੇਨ ਨੂੰ ਵੀ ਦੁੱਖ ਹੋ ਗਿਆ ਵੀ ਮੇਰੇ ਕੋਲੋਂ ਤਾਂ ਹੇਮੰਤ ਸੋਰੇਨ ਨੇ ਮੇਰੇ ਤੋਂ ਕੁਰਸੀ ਖੋਹ ਲਈ। ਉਹਨੇ ਫਿਰ ਪਹਿਲਾਂ ਭਾਜਪਾ ਦਾ ਲੋਟਸ ਬਣਨ ਲੱਗਿਆ ਕਿ ਕਿੰਨੇ ਕੁ ਐੱਮ ਐੱਲ ਏ ਭਾਈ ਤੂੰ ਆਪਣੇ ਨਾਲ ਪੱਟ ਲਏਗਾ, ਆਪਾਂ ਹੇਮੰਤ ਸੋਰੇਨ ਦੀ ਸਰਕਾਰ ਹੀ ਤੋੜ ਦਿੰਦੇ ਹਾਂ, ਤੈਨੂੰ ਮੁੱਖ ਮੰਤਰੀ ਬਣਾ ਦੇ ਮੁੜ ਕੇ ਫਿਰ। ਪਰ ਉਹਨੇ ਹੇਮੰਤ ਸੋਰੇਨ ਨੇ ਇਹੋ ਜਿਹਾ ਕੰਮ ਗੇਮ ਖੇਡੀ ਕਿ ਉਹਨੇ ਸਾਰੇ ਐੱਮ ਐੱਲ ਏ ਨੂੰ ਬੁਲਾ ਕੇ ਸਾਰੇ ਐੱਮ ਐੱਲ ਏ ਦੇ ਨਾਲ ਮੀਟਿੰਗ ਕਰਕੇ ਅਤੇ ਉਹਨੂੰ ਸੈੱਟ ਕਰ ਲਿਆ ਕੰਮ। ਆਪਰੇਸ਼ਨ ਲੋਟਸ ਚੌਥੀ ਵਾਰੀ ਫੇਲ ਹੋ ਗਿਆ ਝਾਰਖੰਡ ਦੇ ਵਿੱਚ। ਹੁਣ ਚੰਪਈ ਸੋਰੇਨ ਕਹਿੰਦਾ ਜੀ ਮੈਂ ਛੱਡੂ ਪਰਾਂ ਜੀ, ਮੈਂ ਤਾਂ ਫਿਰ ਹੁਣ ਪਾਰਟੀ ਉਹ ਵੱਖਰੀ ਬਣਾਊਂਗਾ। ਹੁਣ ਪਾਰਟੀ ਵੱਖਰੀ ਬਣਾ ਕੀ ਕਰਦੇ ਆ, ਕਿਹਦੇ ਨਾਲ ਲੜਦੇ ਆ, ਉਹ ਵੱਖਰੀ ਗੱਲ ਆ ਜੀ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਚੰਪਈ ਸੋਰੇਨ ਉਹ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ। ਪਹਿਲਾਂ ਇਹ ਚਰਚਾਵਾਂ ਸੀ ਕਿ ਭਾਜਪਾ 'ਚ ਜਾ ਰਹੇ ਨੇ, ਫਿਰ ਕਹਿੰਦੇ ਮੈਂ ਕਿਤੇ ਨਹੀਂ ਜਾਣਾ, ਅਤੇ ਹੁਣ ਕਹਿੰਦੇ ਮੈਂ ਨਵਾਂ ਅਧਿਆਇ ਸ਼ੁਰੂ ਕਰੂੰਗਾ, ਤਾਂ ਜਲਦੀ ਉਹਦਾ ਐਲਾਨ ਵੀ ਹੋ ਸਕਦਾ ਹੈ। ਵੈਸੇ ਕੱਲ੍ਹ ਤਾਂ ਵੈਸੇ ਮਾੜਾ ਹੋਇਆ ਜੇ ਚੰਪਈ ਸੋਰੇਨ ਵਿੱਚ ਹੁੰਦੇ ਗੱਡੀ 'ਚ ਉਹ ਵੀ ਚਲਾਈ ਕਰ ਜਾਂਦੇ, ਉਹਨੂੰ ਛੱਡ ਕੇ ਵਾਪਸ ਆ ਰਹੀ ਸੀ ਫੋਰਸ, ਗੱਡੀ ਆ ਰਹੀ ਸੀ ਛੱਡ ਕੇ ਅਤੇ ਰਸਤੇ ਐਕਸੀਡੈਂਟ ਹੋ ਗਿਆ, ਦੋ ਸਿਪਾਹੀ ਮਾਰੇ ਗਏ ਵਿਚਾਰੇ ਉਹਦੇ। ਦੂਜੇ ਪਾਸੇ ਝਾਰਖੰਡ ਦੇ ਜਿਹੜੇ ਝਾਰਖੰਡ ਮੁਕਤੀ ਮੋਰਚਾ ਦੇ ਵਿੱਚ ਸੀਗੇ ਚੰਪਈ ਸੋਰੇਨ ਮੁੱਖ ਮੰਤਰੀ ਬਣ ਗਏ ਸੀਗੇ। ਮੁੱਖ ਮੰਤਰੀ ਦੀ ਇੱਕ ਇਹੋ ਜਿਹਾ ਕੁਰਸੀ ਚੇਅਰ ਆ ਜੀ ਜਿਹੜਾ ਕਿ ਹਰੇਕ ਬੰਦਾ ਚਾਹੁੰਦਾ ਕਿ ਮੁੱਖ ਮੰਤਰੀ ਬਣ ਕੇ ਬਸ, ਕਿਉਂਕਿ ਹਰੇਕ ਬੰਦਾ ਆਰਡਰ ਮੰਨਦਾ ਜੀ, ਉਹਦਾ ਪਾਵਰ ਹੁੰਦੀ ਆ, ਅਤੇ ਪਾਵਰ ਤੋਂ ਫਿਰ ਬੰਦਾ ਜਦੋਂ ਲੈਸ ਹੁੰਦਾ ਜੀ ਬੜਾ, ਉਹਨੂੰ ਦੁੱਖ ਬਹੁਤ ਹੁੰਦਾ। ਚੰਪਈ ਸੋਰੇਨ ਨੂੰ ਵੀ ਦੁੱਖ ਹੋ ਗਿਆ ਵੀ ਮੇਰੇ ਕੋਲੋਂ ਤਾਂ ਹੇਮੰਤ ਸੋਰੇਨ ਨੇ ਮੇਰੇ ਤੋਂ ਕੁਰਸੀ ਖੋਹ ਲਈ। ਉਹਨੇ ਫਿਰ ਪਹਿਲਾਂ ਭਾਜਪਾ ਦਾ ਲੋਟਸ ਬਣਨ ਲੱਗਿਆ ਕਿ ਕਿੰਨੇ ਕੁ ਐੱਮ ਐੱਲ ਏ ਭਾਈ ਤੂੰ ਆਪਣੇ ਨਾਲ ਪੱਟ ਲਏਗਾ, ਆਪਾਂ ਹੇਮੰਤ ਸੋਰੇਨ ਦੀ ਸਰਕਾਰ ਹੀ ਤੋੜ ਦਿੰਦੇ ਹਾਂ, ਤੈਨੂੰ ਮੁੱਖ ਮੰਤਰੀ ਬਣਾ ਦੇ ਮੁੜ ਕੇ ਫਿਰ। ਪਰ ਉਹਨੇ ਹੇਮੰਤ ਸੋਰੇਨ ਨੇ ਇਹੋ ਜਿਹਾ ਕੰਮ ਗੇਮ ਖੇਡੀ ਕਿ ਉਹਨੇ ਸਾਰੇ ਐੱਮ ਐੱਲ ਏ ਨੂੰ ਬੁਲਾ ਕੇ ਸਾਰੇ ਐੱਮ ਐੱਲ ਏ ਦੇ ਨਾਲ ਮੀਟਿੰਗ ਕਰਕੇ ਅਤੇ ਉਹਨੂੰ ਸੈੱਟ ਕਰ ਲਿਆ ਕੰਮ। ਆਪਰੇਸ਼ਨ ਲੋਟਸ ਚੌਥੀ ਵਾਰੀ ਫੇਲ ਹੋ ਗਿਆ ਝਾਰਖੰਡ ਦੇ ਵਿੱਚ। ਹੁਣ ਚੰਪਈ ਸੋਰੇਨ ਕਹਿੰਦਾ ਜੀ ਮੈਂ ਛੱਡੂ ਪਰਾਂ ਜੀ, ਮੈਂ ਤਾਂ ਫਿਰ ਹੁਣ ਪਾਰਟੀ ਉਹ ਵੱਖਰੀ ਬਣਾਊਂਗਾ। ਹੁਣ ਪਾਰਟੀ ਵੱਖਰੀ ਬਣਾ ਕੇ ਕੀ ਕਰਦੇ ਆ, ਕਿਹਦੇ ਨਾਲ ਲੜਦੇ ਆ, ਉਹ ਵੱਖਰੀ ਗੱਲ ਆ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।